ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਤੇ ਹਰ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਐ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਤੇ ਥੱਕ ਚੁੱਕੇ ਐ ਹੋਰ ਸਰੀਰ ਨੂੰ ਖਰਾਬ ਕਰ ਰਹੇ ਐ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਨਵਜ ਦਿਖਾ ਕੇ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਹਰ ਐਤਵਾਰ ਤੇ ਹਰ ਬੁੱਧਵਾਰ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਜਿਹੜਾ ਇਹ ਦਸਕਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬੁੜਲਾਡਾ ਵੀ ਹੈ ਸੁਨਾਮ ਵੀ ਹੈ ਬਰੇਟਾ ਵੀ ਹੈ ਬੁੜਲਾਡਾ ਵੀ ਹੈ ਤੇ ਲਹਿਰਾਗਾਗਾ ਵੀ ਹੈ ਹਰ ਐਤਵਾਰ ਤੇ ਬੁੱਧਵਾਰ ਨੂੰ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਸਾਡੀ ਸੰਸਥਾ ਨੂੰ ਬਦਨਾਮ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਗੁੱਜੀਆਂ ਚਾਲਾਂ ਚੱਲੀਆਂ ਜਾਂਦੀਆਂ ਨੇ ਗਲਤ ਵੀਡੀਓ ਬਣਾ ਕੇ ਗਲਤ ਪ੍ਰਚਾਰ ਕਰਕੇ ਉਹਨਾਂ ਦੀ ਸਮੇਂ-ਸਮੇਂ ਮਤਾਬਕ ਜਾਂਚ ਹੋ ਕੇ ਮਾਣਯੋਗ ਉੱਚ ਅਧਿਕਾਰੀਆਂ ਵੱਲੋਂ ਫੈਲ ਹੋ ਜਾਂਦੀਆਂ ਨੇ ਪਰ ਪਰੇਸ਼ਾਨ ਕਰਨਾ ਕਿਸੇ ਨੂੰ ਤੰਗ ਕਰਨਾ ਇਹ ਉਹਨਾਂ ਦੀ ਆਦਤ ਹੈ ਵਿਰੋਧੀਆਂ ਦੀ ਉਹਨਾਂ ਨੇ ਆਪਣਾ ਕਾਰਜ ਕਰਨਾ ਹੈ ਆਪਾਂ ਨੂੰ ਜੋ ਡਿਊਟੀ ਪਰਮਾਤਮਾ ਵੱਲੋਂ ਮਹਾਪੁਰਸ਼ਾਂ ਵੱਲੋਂ ਲੱਗੀ ਆ ਆਪਾਂ ਉਹ ਕਰਨੀ ਹੈ ਸੋ ਮੈਂ ਚਾਹੁੰਨਾ ਮੇਰੇ ਸੰਸਾਰ ਤੇ ਜਾਣ ਤੋਂ ਪਹਿਲਾਂ ਪਹਿਲਾਂ ਜੋ ਕੁਝ ਮੇਰੇ ਕੋਲੇ ਗਿਆਨ ਹੈ ਉਹ ਤੁਹਾਡੀ ਸੰਗਤ ਦੀ ਝੋਲੀ 'ਚ ਆਪਾਂ ਪਾ ਲਈਏ ਕਿਉਂਕਿ ਸੰਗਤ ਜੋ ਸਾਨੂੰ ਮਿਲਿਆ ਆਪਾਂ ਸੰਗਤ ਦੀ ਝੋਲੀ 'ਚ ਹੀ ਗੁਣ ਪਾ ਜੀਏ ਤਾਂ ਜੋ ਇਹ ਜਿਉਂਦੇ ਰਹਿ ਜਾਣ ਗੁਣ ਕਿਉਂਕਿ ਬੜੇ ਵੈਦ ਨੇ ਬੜੇ ਡਾਕਟਰ ਨੇ ਜਿਨ੍ਹਾਂ ਕੋਲੇ ਬੜਾ ਗਿਆਨ ਸੀ ਨਾਲ ਲੈ ਕੇ ਮਰ ਗਏ ਜਾਂ ਆਪਣੇ ਔਲਾਦ ਤੱਕ ਸੀਮਤ ਕਰ ਗਏ ਉਹਨਾਂ ਨਾਲ ਫਿਰ ਲੁੱਟ ਕਰਦੇ ਆ ਲੋਕ ਉਹਨਾਂ ਗੁਨਾ ਦੇ ਸਿਰ ਤੇ ਸੋ ਮੈਂ ਨਹੀਂ ਇਹ ਚਾਹੁੰਦਾ ਵੀ ਜੋ ਕੁਝ ਮੇਰੇ ਕੋਲੇ ਆ ਤੁਹਾਡੇ ਕੋਲੇ ਸਭ ਕੋਲੇ ਹੋਵੇ ਸੋ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਖੂਨੀ ਬਵਾਸੀਰ ਕਈ ਵਾਰੀ ਲੇਡੀਜ਼ ਦੇ ਵਿੱਚ ਵੀ ਦਿੱਕਤ ਆ ਜਾਂਦੀ ਹੈ ਲੈਟਰਿੰਗ ਦੇ ਸਮੇਂ ਮਰਦਾਂ ਦੇ ਵਿੱਚ ਵੀ ਲੈਟਰਿੰਗ ਦੇ ਸਮੇਂ ਖੂਨ ਲੈਟਰਿੰਗ ਦੇ ਨਾਲ ਆਉਣ ਲੱਗ ਜਾਂਦਾ ਉਹਨੂੰ ਅਸੀਂ ਕਹਿੰਦੇ ਆ ਖੂਨੀ ਬਵਾਸੇ ਇਹ ਪਹਿਲੇ 2 ਹਫਤਿਆਂ ਦੇ ਵਿੱਚ ਬਿਲਕੁਲ ਠੀਕ ਹੋ ਜਾਂਦੀ ਹੈ ਜਿਆਦਾ ਵੱਡਾ ਰੋਗ ਨਹੀਂ ਹੁੰਦਾ ਇਹ ਇਹਦੇ ਵਿੱਚ ਮਹੀਨਾਕ ਦਵਾਈ ਖਾਣੀ ਹੁੰਦੀ ਹੈ ਉਹ ਤੁਸੀਂ ਨੋਟ ਕਰ ਲਓ ਜਿਹੜੀਆਂ ਚੀਜ਼ਾਂ ਪੰਸਾਰੀਆਂ ਤੋਂ ਤੁਸੀਂ ਲੈਣੀਆਂ ਇਹਦੇ ਵਿੱਚ ਤਵਾਸੀਰ ਲੈਣੀ ਆ 50 ਗ੍ਰਾਮ ਨਾਗਰ ਮੋਥਾ ਲੈਣਾ 100 ਗ੍ਰਾਮ ਕਾਹੂ ਲੈਣਾ 50 ਗ੍ਰਾਮ ਫੁੱਲ ਗੁਲਾਬ ਦੇ ਸੁੱਕੇ ਹੋਏ ਲੈਣੇ ਆ 50 ਗ੍ਰਾਮ ਤਣੀਆਂ ਦੇ ਬੀਜ ਸੁੱਕੇ ਹੋਏ ਲੈਣੇ ਆ 50 ਗ੍ਰਾਮ ਤੇ ਇਸੇ ਤਰ੍ਹਾਂ ਬੇਲਗिरी ਹੈ ਜਿਹੜੀ ਉਹ ਲੈਣੀ ਆ 50 ਗ੍ਰਾਮ ਸਰਦ ਚੀਨੀ 50 ਗ੍ਰਾਮ ਚਿੱਟਾ ਸੁਰਮਾ 50 ਗ੍ਰਾਮ ਅਨਾਰ ਦੀ ਕਲੀ 50 ਗ੍ਰਾਮ ਕੱਥਾ 50 ਗ੍ਰਾਮ ਤੇ ਕਾਲਾ ਸੁਰਮਾ 50 ਗ੍ਰਾਮ ਫਟਕੜੀ ਫੁੱਲ ਕੀਤੀ ਹੋਈ 50 ਗ੍ਰਾਮ ਸੁਹਾਗਾ ਫੁੱਲ ਕੀਤਾ ਹੋਇਆ 50 ਗ੍ਰਾਮ ਮਾਂਜੂ 50 ਗ੍ਰਾਮ ਤੇ ਗੂੰਦ ਦਾ ਬੁਰਾਦਾ ਜਿਹੜਾ ਉਹ ਲੈਣਾ 50 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਰੀਕ ਪੀਸ ਲੈਣਾ ਹੈ ਚੰਗੀ ਤਰ੍ਹਾਂ ਬਰੀਕ ਪੀਸ ਕੇ ਉਦੋਂ ਬਾਅਦ ਇਹਦਾ ਇੱਕ ਚਮਚਾ ਸਵੇਰੇ ਖਾਲੀ ਪੇਟ ਤੁਸੀਂ ਕੱਚੀ ਲੱਸੀ ਦੇ ਨਾਲ ਲੈਣਾ ਤੇ ਇੱਕ ਚਮਚਾ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਕੱਚੀ ਲੱਸੀ ਦੇ ਨਾਲ ਦੋ ਟਾਈਮ ਦਵਾਈ ਇੱਕ ਇੱਕ ਚਮਚਾ ਰੋਟੀ ਤੋਂ ਪਹਿਲਾਂ ਕੱਚੀ ਲੱਸੀ ਨਾਲੇ ਦਵਾਈ ਲੈਣੀ ਹੈ ਇੱਕ ਮਹੀਨਾ ਲੈ ਲਓ ਜ਼ਿੰਦਗੀ 'ਚ ਕਦੇ ਤੁਹਾਨੂੰ ਖੂਨੀ ਬਵਾਸੀਰ ਦੀ ਦਿੱਕਤ ਨਹੀਂ ਆਏਗੀ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਕੋ ਕੋਲੇ ਇਹ ਵੀਡੀਓ ਪਹੁੰਚ ਸਕੇ ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ